ਮੰਤਰੀ ਸਾਹਿਬ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਬਿਆਨਾ ਜਾਂ ਜਿਨ੍ਹਾਂ ਨੇ ਰਜਿਸਟਰੀ ਕਰਾਈ ਹੈ 31 ਜੁਲਾਈ ਤੱਕ ਉਹ ਉਹਨਾਂ ਦੀ ਹੁਣ ਰਜਿਸਟਰੀਆਂ ਪੱਕੀਆਂ ਹੋ ਸਕਣਗੀਆਂ। ਕੀ ਕੁਛ ਇਸ ਬਿੱਲ ਦੇ ਵਿੱਚ ਖਰੜਾ ਹੈ, ਤੁਸੀਂ ਥੋੜਾ ਜਿਹਾ ਵਿਸਥਾਰ ਨਾਲ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਕਿਉਂਕਿ ਹਜ਼ਾਰਾਂ ਜਿਹੜੀਆਂ ਅਜਿਹੀਆਂ ਕਲੋਨੀਆਂ ਨੇ ਜਿਹੜੀਆਂ ਗੈਰ ਕਾਨੂੰਨੀ ਨੇ। ਦੇਖੋ ਇਸ ਤਰ੍ਹਾਂ ਕਿ ਇੱਕ ਤਾਂ ਇਹ ਜਿਹੜਾ ਬਿੱਲ ਹੈ ਇਹ ਅਨਅਧਿਕਾਰਿਤ ਕਲੋਨੀਆਂ ਦੇ ਵਿੱਚ ਜਿਹੜੇ ਇੰਡੀਵਿਜੁਅਲ ਪਲਾਟਸ ਨੇ 500 ਗਜ਼ ਤੱਕ ਉਹਨਾਂ ਬਾਰੇ ਹੈ, ਔਰ ਉਹ ਇਹ ਹੈ ਕਿ 31 ਜੁਲਾਈ ਤੱਕ ਜਿਨ੍ਹਾਂ ਲੋਕਾਂ ਕੋਲੇ ਕੋਈ ਰਜਿਸਟਰਡ ਬਿਆਨੇ ਹੈਗੇ, ਕੋਈ ਪਾਵਰ ਆਫ ਅਟਾਰਨੀ ਹੈਗੀ, ਕੋਈ ਸੇਲ ਡੀਡ ਹੈਗੀ, ਜਾਂ ਜੇ ਸਪੋਜ਼ ਕਿਸੇ ਦਾ ਬਿਆਨਾ ਵੀ ਕੀਤਾ ਹੋਇਆ ਪਰ ਇੱਕ ਪਰਟੀਕੁਲਰ ਡੇਟ ਤੱਕ, ਸ਼ਾਇਦ ਉਹ ਨਵੰਬਰ ਦੇ ਸ਼ੁਰੂ ਤੱਕ ਹੋਏਗਾ, 2 ਨਵੰਬਰ ਤੱਕ, ਉਹਦੇ ਵਿੱਚ ਜਿਨ੍ਹਾਂ ਲੋਕਾਂ ਕੋਲ ਰਜਿਸਟਰਡ ਬਿਆਨੇ ਵਗੈਰਾ ਹੈਗੇ ਉਹ ਰਜਿਸਟਰੀ ਕਰਾ ਕੇ ਆਪਦੇ ਉਸ ਪਲਾਟ ਨੂੰ ਰੈਗੂਲਰਾਈਜ਼ ਮੀਨਸ ਵਿਦਆਊਟ ਐਨਓਸੀ ਉਹ ਕੰਸਿਡਰ ਕੀਤਾ ਜਾਊਗਾ। ਇਹਦੇ ਨਾਲ ਮੈਂ ਸਮਝਦਾ ਕਿ ਪੰਜਾਬ ਦੇ ਬਹੁਤ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਇਹਦਾ ਬੈਨੀਫਿਟ ਹੈ ਜਿਹੜਾ ਹੋ ਜਾਏਗਾ। ਕਹਿੰਦੇ 2 ਨਵੰਬਰ ਤੱਕ ਡੈਡਲਾਈਨ ਰੱਖੀ ਗਈ ਹੈ, 2 ਨਵੰਬਰ ਤੱਕ ਕਾਹਦੀ ਡੈਡਲਾਈਨ ਔਰ ਕੀ ਕੁਛ? ਉਹ ਡੈਡਲਾਈਨ ਇਸ ਕਰਕੇ ਰੱਖੀ ਗਈ ਜੀ, ਫੈਸਲਾ ਅੱਜ 31 ਜੁਲਾਈ ਤੱਕ ਹੋ ਗਿਆ ਵੀ ਜਿਹਨੇ ਕਿਸੇ ਸਪੋਜ਼ ਬਿਆਨਾ ਕਰ ਲਿਆ ਪੱਕੇ ਦੇ ਵਿੱਚ, ਯਾਨੀ ਕਿ ਬੈਂਕ ਟ੍ਰਾਂਸਫਰ ਹੈ ਜਿਹੜੀ ਪੇਮੈਂਟ ਦੀ ਕਰਤੀ, ਬਿਆਨੇ ਦੀ ਪੇਮੈਂਟ ਕਰਤੀ, ਪਾਵਰ ਆਫ ਅਟਾਰਨੀ ਰਜਿਸਟਰਡ ਪਾਵਰ ਆਫ ਅਟਾਰਨੀ 31 ਜੁਲਾਈ ਤੱਕ ਹੋਗੀ, ਉਹਨਾਂ ਨੂੰ ਹੋਰ ਅਗਸਤ ਸਪਟੈਂਬਰ ਅਕਤੂਬਰ 3 ਮਹੀਨੇ ਦਾ ਟਾਈਮ ਦੇ ਦਿੱਤਾ ਕਿ ਤੁਸੀਂ ਆਪਦੀ ਰਜਿਸਟਰੀ ਕਰਵਾ ਲਓ। ਜਿਹੜਾ ਰਜਿਸਟਰੀ ਕਰਵਾ ਲੂਗਾ ਉਹਨੂੰ ਰਜਿਸਟਰੀ ਉਹ ਉਦੋਂ ਤੱਕ ਹੋ ਜਾਏਗੀ ਔਰ ਉਹਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਰਹੇਗੀ। 2 ਨਵੰਬਰ ਤੱਕ ਇਸ ਕਰਕੇ ਦਿੱਤਾ ਕਿਉਂਕਿ 10ਵੇਂ ਮਹੀਨੇ ਚ ਕਿਸਾਨਾਂ ਦੀਆਂ ਫਸਲਾਂ ਦੇ ਪੈਸੇ ਨੇ ਉਹਨਾਂ ਕੋਲ ਆ ਜਾਂਦੇ ਨੇ, ਆਪਦੀਆਂ ਰਜਿਸਟਰੀਆਂ ਕਰਾ ਲੈਣਗੇ ਆਪਦਾ ਪਲਾਟ। ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਇਲੀਗਲ ਕਲੋਨੀਆਂ ਨੇ ਜਿਹੜੇ ਪ੍ਰਾਈਵੇਟ ਬਿਲਡਰ ਆਏ, ਕਿਤੇ ਸੀਵਰੇਜ ਨਹੀਂ ਹੈ, ਕਿਤੇ ਬਿਜਲੀ ਦਾ ਕਨੈਕਸ਼ਨ ਨਹੀਂ ਹੈ, ਬਹੁਤ ਸਾਰੇ ਤੁਹਾਡੇ ਕੋਲ ਵੀ ਸ਼ਿਕਾਇਤਾਂ ਪਹੁੰਚੀਆਂ ਹੋਣਗੀਆਂ, ਮੋਹਾਲੀ, ਖਰੜ, ਇਦਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ, ਉਹ ਹੱਲ ਹੋਣਗੀਆਂ? ਇਸ ਦੇ ਨਾਲ ਫਰਕ ਪਏਗਾ ਕੋਈ ਨਹੀਂ? ਇਹ ਜਿਹੜੇ ਅਨਆਥੋਰਾਈਜ਼ਡ ਕਾਲੋਨੀਜ਼ ਦੇ ਵਿੱਚ ਜਿਹੜੇ ਪਲਾਟਸ ਨੇ, ਹਾਂਜੀ, ਉਹਨਾਂ ਦੀ ਗੱਲ ਕਰ ਰਹੇ ਹਾਂ। ਠੀਕ ਹੈ, ਠੀਕ ਹੈ ਨਾ ਜੀ, ਜਿਹੜੇ ਇਹੋ ਜਿਹੀਆਂ ਕਾਲੋਨੀਆਂ ਦੇ ਵਿੱਚ ਪਹਿਲਾਂ ਨਾ ਅਨਆਥੋਰਾਈਜ਼ਡ ਕਾਲੋਨੀ ਦੀ ਰਜਿਸਟਰੀ ਹੁੰਦੀ ਸੀਗੀ, ਨਾ ਅਨਆਥੋਰਾਈਜ਼ਡ ਕਾਲੋਨੀ ਦੇ ਵਿੱਚ ਪਲਾਟ ਦੀ ਰਜਿਸਟਰੀ ਹੁੰਦੀ ਸੀਗੀ। ਹੁਣ ਉਹਨਾਂ ਪਲਾਟ ਹੋਲਡਰਸ ਨੂੰ, ਜਿਹੜੇ ਇੰਡੀਵਿਜੁਅਲਸ ਨੇ ਜਿਨ੍ਹਾਂ ਨੇ ਆਪਦਾ ਘਰ ਪਾਉਣਾ ਉੱਥੇ 500 ਗਜ਼ ਤੱਕ, ਉਹਨਾਂ ਨੂੰ ਇਹ ਰਿਲੀਫ ਹੈ ਤੇ ਇਹਦੇ ਨਾਲ ਹੀ ਸਾਰੀ ਪ੍ਰੋਬਲਮ ਹੱਲ ਹੋ ਜਾਏਗੀ। ਨਰਿੰਦਰ ਮੰਤਰੀ ਸਾਹਿਬ, ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਬਿਆਨਾ ਜਾਂ ਜਿਨ੍ਹਾਂ ਨੇ ਰਜਿਸਟਰੀ ਕਰਾਈ ਹੈ 31 ਜੁਲਾਈ ਤੱਕ ਉਹ ਉਹਨਾਂ ਦੀ ਹੁਣ ਰਜਿਸਟਰੀਆਂ ਪੱਕੀਆਂ ਹੋ ਸਕਣਗੀਆਂ। ਕੀ ਕੁਛ ਇਸ ਬਿੱਲ ਦੇ ਵਿੱਚ ਖਰੜਾ ਹੈ, ਤੁਸੀਂ ਥੋੜਾ ਜਿਹਾ ਵਿਸਥਾਰ ਨਾਲ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਕਿਉਂਕਿ ਹਜ਼ਾਰਾਂ ਜਿਹੜੀਆਂ ਅਜਿਹੀਆਂ ਕਲੋਨੀਆਂ ਨੇ ਜਿਹੜੀਆਂ ਗੈਰ ਕਾਨੂੰਨੀ ਨੇ? ਦੇਖੋ ਇਸ ਤਰ੍ਹਾਂ ਕਿ ਇੱਕ ਤਾਂ ਇਹ ਜਿਹੜਾ ਬਿੱਲ ਹੈ ਇਹ ਅਨਅਧਿਕਾਰਿਤ ਕਲੋਨੀਆਂ ਦੇ ਵਿੱਚ ਜਿਹੜੇ ਇੰਡੀਵਿਜੁਅਲ ਪਲਾਟਸ ਨੇ 500 ਗਜ਼ ਤੱਕ ਉਹਨਾਂ ਬਾਰੇ ਹੈ, ਔਰ ਉਹ ਇਹ ਹੈ ਕਿ 31 ਜੁਲਾਈ ਤੱਕ ਜਿਨ੍ਹਾਂ ਲੋਕਾਂ ਕੋਲੇ ਕੋਈ ਰਜਿਸਟਰਡ ਬਿਆਨੇ ਹੈਗੇ, ਕੋਈ ਪਾਵਰ ਆਫ ਅਟਾਰਨੀ ਹੈਗੀ, ਕੋਈ ਸੇਲ ਡੀਡ ਹੈਗੀ, ਜਾਂ ਜੇ ਸਪੋਜ਼ ਕਿਸੇ ਦਾ ਬਿਆਨਾ ਵੀ ਕੀਤਾ ਹੋਇਆ ਪਰ ਇੱਕ ਪਰਟੀਕੁਲਰ ਡੇਟ ਤੱਕ, ਸ਼ਾਇਦ ਉਹ ਨਵੰਬਰ ਦੇ ਸ਼ੁਰੂ ਤੱਕ ਹੋਏਗਾ, 2 ਨਵੰਬਰ ਤੱਕ, ਉਹਦੇ ਵਿੱਚ ਜਿਨ੍ਹਾਂ ਲੋਕਾਂ ਕੋਲ ਰਜਿਸਟਰਡ ਬਿਆਨੇ ਵਗੈਰਾ ਹੈਗੇ ਉਹ ਰਜਿਸਟਰੀ ਕਰਾ ਕੇ ਆਪਦੇ ਉਸ ਪਲਾਟ ਨੂੰ ਰੈਗੂਲਰਾਈਜ਼ ਮੀਨਸ ਵਿਦਆਊਟ ਐਨਓਸੀ ਉਹ ਕੰਸਿਡਰ ਕੀਤਾ ਜਾਊਗਾ। ਇਹਦੇ ਨਾਲ ਮੈਂ ਸਮਝਦਾ ਕਿ ਪੰਜਾਬ ਦੇ ਬਹੁਤ ਲੋਕਾਂ ਨੂੰ, ਹਜ਼ਾਰਾਂ ਲੋਕਾਂ ਨੂੰ ਇਹਦਾ ਬੈਨੀਫਿਟ ਹੈ ਜਿਹੜਾ ਹੋ ਜਾਏਗਾ। ਕਹਿੰਦੇ 2 ਨਵੰਬਰ ਤੱਕ ਡੈਡਲਾਈਨ ਰੱਖੀ ਗਈ ਹੈ, 2 ਨਵੰਬਰ ਤੱਕ ਕਾਹਦੀ ਡੈਡਲਾਈਨ ਔਰ ਕੀ ਕੁਛ? ਉਹ ਡੈਡਲਾਈਨ ਇਸ ਕਰਕੇ ਰੱਖੀ ਗਈ ਜੀ, ਫੈਸਲਾ ਅੱਜ 31 ਜੁਲਾਈ ਤੱਕ ਹੋ ਗਿਆ ਵੀ ਜਿਹਨੇ ਕਿਸੇ ਸਪੋਜ਼ ਬਿਆਨਾ ਕਰ ਲਿਆ ਪੱਕੇ ਦੇ ਵਿੱਚ, ਯਾਨੀ ਕਿ ਬੈਂਕ ਟ੍ਰਾਂਸਫਰ ਹੈ ਜਿਹੜੀ ਪੇਮੈਂਟ ਦੀ ਕਰਤੀ, ਬਿਆਨੇ ਦੀ ਪੇਮੈਂਟ ਕਰਤੀ, ਪਾਵਰ ਆਫ ਅਟਾਰਨੀ ਰਜਿਸਟਰਡ ਪਾਵਰ ਆਫ ਅਟਾਰਨੀ 31 ਜੁਲਾਈ ਤੱਕ ਹੋਗੀ, ਉਹਨਾਂ ਨੂੰ ਹੋਰ ਅਗਸਤ ਸਪਟੈਂਬਰ ਅਕਤੂਬਰ 3 ਮਹੀਨੇ ਦਾ ਟਾਈਮ ਦੇ ਦਿੱਤਾ ਕਿ ਤੁਸੀਂ ਆਪਦੀ ਰਜਿਸਟਰੀ ਕਰਵਾ ਲਓ। ਜਿਹੜਾ ਰਜਿਸਟਰੀ ਕਰਵਾ ਲੂਗਾ ਉਹਨੂੰ ਰਜਿਸਟਰੀ ਉਹ ਉਦੋਂ ਤੱਕ ਹੋ ਜਾਏਗੀ ਔਰ ਉਹਨੂੰ ਕਿਸੇ ਐਨਓਸੀ ਦੀ ਲੋੜ ਨਹੀਂ ਰਹੇਗੀ।
2 ਨਵੰਬਰ ਤੱਕ ਇਸ ਕਰਕੇ ਦਿੱਤਾ ਕਿਉਂਕਿ 10ਵੇਂ ਮਹੀਨੇ ਚ ਕਿਸਾਨਾਂ ਦੀਆਂ ਫਸਲਾਂ ਦੇ ਪੈਸੇ ਨੇ ਉਹਨਾਂ ਕੋਲ ਆ ਜਾਂਦੇ ਨੇ, ਉਹ ਆਪਦੀ ਰਜਿਸਟਰੀ ਕਰਾ ਲੈਣਗੇ ਆਪਦਾ ਪਲਾਟ ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਇਲੀਗਲ ਕਲੋਨੀਆਂ ਨੇ ਜਿਹੜੇ ਪ੍ਰਾਈਵੇਟ ਬਿਲਡਰ ਆਏ, ਕਿਤੇ ਸੀਵਰੇਜ ਨਹੀਂ ਹੈ, ਕਿਤੇ ਬਿਜਲੀ ਦਾ ਕਨੈਕਸ਼ਨ ਨਹੀਂ ਹੈ, ਬਹੁਤ ਸਾਰੇ ਤੁਹਾਡੇ ਕੋਲ ਵੀ ਸ਼ਿਕਾਇਤਾਂ ਪਹੁੰਚੀਆਂ ਹੋਣਗੀਆਂ, ਮੋਹਾਲੀ, ਖਰੜ, ਇੱਦਾਂ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਨੇ, ਉਹ ਹੱਲ ਹੋਣਗੀਆਂ? ਇਸ ਦੇ ਨਾਲ ਫਰਕ ਪਏਗਾ ਕੋਈ ਨਹੀਂ? ਇਹ ਜਿਹੜੇ ਅਨਆਥੋਰਾਈਜ਼ਡ ਕਾਲੋਨੀਜ਼ ਦੇ ਵਿੱਚ ਜਿਹੜੇ ਪਲਾਟਸ ਨੇ, ਹਾਂਜੀ, ਇਹ ਉਹਨਾਂ ਦੀ ਗੱਲ ਕਰ ਰਿਹਾ। ਠੀਕ ਹੈ, ਠੀਕ ਹੈ ਨਾ ਜੀ, ਜਿਹੜੇ ਇਹੋ ਜਿਹੀਆਂ ਕਾਲੋਨੀਆਂ ਦੇ ਵਿੱਚ ਪਹਿਲਾਂ ਨਾ ਅਨਆਥੋਰਾਈਜ਼ਡ ਕਾਲੋਨੀ ਦੀ ਰਜਿਸਟਰੀ ਹੁੰਦੀ ਸੀਗੀ, ਨਾ ਅਨਆਥੋਰਾਈਜ਼ਡ ਕਾਲੋਨੀ ਦੇ ਵਿੱਚ ਪਲਾਟ ਦੀ ਰਜਿਸਟਰੀ ਹੁੰਦੀ ਸੀਗੀ। ਹੁਣ ਉਹਨਾਂ ਪਲਾਟ ਹੋਲਡਰਸ ਨੂੰ, ਜਿਹੜੇ ਇੰਡੀਵਿਜੁਅਲਸ ਨੇ ਜਿਨ੍ਹਾਂ ਨੇ ਆਪਦਾ ਘਰ ਪਾਉਣਾ ਉੱਥੇ 500 ਗਜ਼ ਤੱਕ, ਉਹਨਾਂ ਨੂੰ ਇਹ ਰਿਲੀਫ ਹੈ ਤੇ ਇਹਦੇ ਨਾਲ ਹੀ ਸਾਰੀ ਪ੍ਰੋਬਲਮ ਹੱਲ ਹੋ ਜਾਏਗੀ।